ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਵਿਕਰਮ ਸਿੰਘ। ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ, ਜੋ ਖਬਰ ਤੁਸੀਂ ਦੇਖੀ ਵੀ ਹੈ ਕਿ ਇਸ਼ਕ 'ਚ ਅੰਨਾ ਹੋਇਆ ਹੋਇਆ ਇੱਕ ਸ਼ਖਸ ਜੋ ਆਪਣੀ ਸਾਲੀ ਦੇ ਨਾਲ ਵਿਆਹ ਕਰਵਾਉਣ ਦੇ ਲਈ ਪੂਰੀ ਕੋਸ਼ਿਸ਼ ਕਰਦਾ, ਉਸਦੀ ਸਾਲੀ ਦੇ ਨਾਲ ਉਸਦੇ ਪ੍ਰੇਮ ਸੰਬੰਧ ਸੀਗੇ ਔਰ ਉਹ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਕਿ ਮੈਂ ਤੇਰੀ ਵੱਡੀ ਭੈਣ ਨੂੰ ਤਾਂ ਤਲਾਕ ਦੇ ਦੇਣਾ, ਤੇਰੇ ਨਾਲ ਵਿਆਹ ਕਰਵਾਉਣਾ, ਪਰ ਉਹ ਇਨਕਾਰ ਕਰ ਦਿੰਦੀ ਹੈ ਤਾਂ ਉਸਦਾ ਕਤਲ ਕਰ ਦਿੰਦਾ। ਤਾਂ ਇਸ ਸ਼ਖਸ ਦਾ ਕਬੂਲਨਾਮਾ ਸਾਹਮਣੇ ਆਇਆ, ਇਸਨੇ ਹੁਣ ਆਪਣੀ ਗੱਲ ਮੰਨੀ ਹੈ ਕਿ ਮੇਥੋਂ ਕਤਲ ਹੋ ਗਿਆ, ਗਲਤ ਹੋ ਗਿਆ ਕੰਮ, ਤਾਂ ਕਾਤਲ ਜੀਜਾ ਜਿਹੜਾ ਸੀਗਾ ਹਰਦੀਪ ਸਿੰਘ ਉਸਨੂੰ ਗ੍ਰਿਫਤਾਰ ਕੀਤਾ, ਗ੍ਰਿਫਤਾਰੀ ਮਗਰੋਂ ਗੁਨਾਹ ਕਬੂਲ ਕਰਕੇ ਕਹਿੰਦਾ ਗਲਤੀ ਹੋ ਗਈ ਮੇਰੇ ਤੋਂ। ਪਹਿਲੀ ਵਾਰ ਕੈਮਰੇ ਸਾਹਮਣੇ ਆਇਆ, ਹੱਥਕੜੀਆਂ ਲੱਗੀਆਂ ਹੋਈਆਂ, ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ। ਤਾਂ ਆਪਣੀ ਸਾਲੀ ਦਾ ਕਤਲ ਇਸ ਸ਼ਖਸ ਨੇ ਕੀਤਾ, ਪ੍ਰੈਗਨੈਂਟ ਹੋ ਗਈ ਸੀ ਇਸਦੀ ਸਾਲੀ, ਔਰ ਪ੍ਰੈਗਨੈਂਟ ਹੋਣ ਮਗਰੋਂ ਇਹ ਕਹਿੰਦਾ ਕਿ ਹੁਣ ਆਪਾਂ ਵਿਆਹ ਕਰਾ ਲਈਏ, ਔਰ ਉਸ ਤੋਂ ਬਾਅਦ ਫਿਰ ਜਦੋਂ ਉਸਦੀ ਸਾਲੀ ਕਹਿੰਦੀ ਹੈ ਕਿ ਨਹੀਂ ਆਪਾਂ ਵਿਆਹ ਨਹੀਂ ਕਰਾ ਸਕਦੇ, ਤਾਂ ਫਿਰ ਲੜਾਈ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਫਿਰ ਇਹ ਆਪਣੀ ਸਾਲੀ ਦਾ ਕਤਲ ਕਰ ਦਿੰਦਾ। ਤਾਂ ਗ੍ਰਿਫਤਾਰੀ ਮਗਰੋਂ ਗੁਨਾਹ ਕਬੂਲ ਕਰਕੇ ਕਹਿ ਰਿਹਾ ਕਿ ਮੇਰੇ ਤੋਂ ਗਲਤੀ ਹੋ ਗਈ, ਕੋਰਟ 'ਚ ਇਸ ਨੂੰ ਪੇਸ਼ ਕੀਤਾ ਗਿਆ ਇਸ ਸ਼ਖਸ ਨੂੰ, ਔਰ ਉੱਥੇ ਇਸਨੇ ਕਿਹਾ ਕਿ ਮੇਰੇ ਤੋਂ ਗਲਤੀ ਹੋ ਗਈ, ਮੇਰੇ ਤੋਂ ਗੁਸਤਾਖੀ ਹੋ ਗਈ। ਇਸਦਾ ਆਪਣੀ ਸਾਲੀ ਦੇ ਨਾਲ ਹੀ ਪ੍ਰੇਮ ਸੰਬੰਧ ਚੱਲ ਰਿਹਾ ਸੀ ਔਰ ਕਈ ਸਾਲਾਂ ਤੋਂ ਕਹਿੰਦਾ ਕਿ ਅਸੀਂ ਰਿਲੇਸ਼ਨ ਦੇ ਵਿੱਚ ਸੀ, ਔਰ ਨਾਲ ਹੀ ਇਹ ਆਪਣੀ ਪਤਨੀ ਨੂੰ ਤਲਾਕ ਦੇ ਕੇ ਆਪਣੀ ਛੋਟੀ ਸਾਲੀ ਦੇ ਨਾਲ ਵਿਆਹ ਕਰਵਾਉਣ ਦੀ ਫਿਰਾਕ ਦੇ ਵਿੱਚ ਸੀ। ਪਰ ਦੱਸ ਰਹੇ ਤੁਹਾਨੂੰ ਪੂਰੀ ਕਹਾਣੀ ਹੋਈ ਕੀ ਹੈ, ਹੋ ਕੀ ਰਿਹਾ ਰਿਸ਼ਤਿਆਂ ਨੂੰ, ਤਾਂ ਦੇਖੋ ਕਿ ਕਿਸ ਤਰੀਕੇ ਨਾਲ ਰਿਸ਼ਤਿਆਂ ਨੂੰ ਸ਼ਰਮਸਾਰ ਕੀਤਾ ਇਸ ਸ਼ਖਸ ਨੇ ਔਰ ਰਿਸ਼ਤਿਆਂ ਦਾ ਕਤਲ ਕਰ ਦਿੱਤਾ, ਆਪਣੀ ਸਾਲੀ ਦਾ ਕਤਲ ਕਰ ਦਿੱਤਾ ਇਸ ਸ਼ਖਸ ਨੇ। ਪ੍ਰੇਮ ਸੰਬੰਧ ਸੀ, ਹਾਲਾਂਕਿ ਦੋਨੇ ਪਾਸਿਓਂ ਇਸ਼ਕ ਦੇ ਵਿੱਚ ਅੰਨੇ ਹੋਏ ਹੋਏ ਸੀ, ਪਰ ਜਿਸ ਤਰੀਕੇ ਦੇ ਨਾਲ ਉਹ ਲੜਕੀ ਕਿਤੇ ਨਾ ਕਿਤੇ ਜ਼ਰੂਰ ਇਹ ਸੋਚਦੀ ਸੀ ਕਿ ਮੇਰੀ ਭੈਣ ਦਾ ਘਰ ਪੱਟਿਆ ਜਾਊਗਾ, ਪਰ ਇਸ਼ਕ 'ਚ ਅੰਨੇ ਹੋਏ ਹੋਏ ਉਸ ਲੜਕੀ ਦੇ ਜੀਜੇ ਨੇ ਬਿਲਕੁਲ ਨਹੀਂ ਸੋਚਿਆ, ਯਾਨੀ ਕਿ ਇਸ ਸ਼ਖਸ ਨੇ ਬਿਲਕੁਲ ਨਹੀਂ ਸੋਚਿਆ। ਨੀਲੇ ਰੰਗ ਦਾ ਡੱਬੀਆਂ ਵਾਲਾ ਰੁਮਾਲ ਜਿਹਨੇ ਮੂੰਹ 'ਤੇ ਬੰਨਿਆ ਹੋਇਆ ਔਰ ਹੱਥ ਕੜੀਆਂ ਲੱਗੀਆਂ ਹੋਈਆਂ, ਇਹੀ ਉਹ ਦਰਿੰਦਾ, ਇਹੀ ਉਹ ਸ਼ਖਸ ਹੈ ਜਿਸਨੇ ਕਿ ਆਪਣੀ ਸਾਲੀ ਨੂੰ ਵੀ ਨਹੀਂ ਬਖਸ਼ਿਆ, ਆਪਣੀ ਸਾਲੀ ਦਾ ਕਤਲ ਕਰ ਦਿੱਤਾ। ਪਹਿਲਾਂ ਕਈ ਸਾਲ ਰਿਲੇਸ਼ਨ ਦੇ ਵਿੱਚ ਰਹੇ ਆ ਔਰ ਉਸ ਤੋਂ ਬਾਅਦ ਫਿਰ ਕਤਲ ਕਰ ਦਿੱਤਾ। ਹੁਣ ਕੈਮਰੇ ਸਾਹਮਣੇ ਆਇਆ ਸ਼ਖਸ, ਕੈਮਰੇ ਸਾਹਮਣੇ ਇਸਨੇ ਕਬੂਲ ਕੀਤਾ, ਉਸ ਤੋਂ ਬਾਅਦ ਪੁਲਿਸ ਦਾ ਬਿਆਨ ਵੀ ਆਇਆ, ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਹੋਇਆ, ਹੱਥਕੜੀਆਂ ਲੱਗੀਆਂ ਹੋਈਆਂ ਇਸ ਸ਼ਖਸ ਦੇ ਹੁਣ, ਤਾਂ ਇਸ ਨੂੰ ਮਹਿੰਗਾ ਪੈ ਗਿਆ ਕੰਮ, ਇਸਨੇ ਘਰ ਤਾਂ ਬਰਬਾਦ ਕਰ ਹੀ ਲਿਆ। ਇੱਕ ਤਾਂ ਆਪਣੀ ਪਤਨੀ ਨੂੰ ਤਲਾਕ ਦੇਣ ਦੀ ਫਿਰਾਕ ਦੇ ਵਿੱਚ ਸੀਗਾ ਇਹ, ਇਸਦੀ ਸਾਲੀ ਜੋ ਇਸਦੇ ਨਾਲ ਰਿਲੇਸ਼ਨ ਦੇ ਵਿੱਚ ਸੀ, ਸਾਲੀ ਇਸਦੀ ਜਦੋਂ ਜਾਂਦੀ ਹੁੰਦੀ ਸੀ ਆਪਣੀ ਭੈਣ ਕੋਲ, ਔਰ ਉਸ ਤੋਂ ਬਾਅਦ ਹੀ ਫਿਰ ਇਹਨਾਂ ਦੇ ਵਿੱਚ ਕਹਿੰਦੇ ਕਿ ਪਿਆਰ ਮੁਹੱਬਤ ਜਾਗ ਗਈ, ਔਰ ਉਸ ਤੋਂ ਬਾਅਦ ਫਿਰ ਲਿਵਨ ਦੇ ਵਿੱਚ ਵੀ ਦੱਸਿਆ ਜਾ ਰਿਹਾ ਇੱਕ ਦੂਸਰੇ ਨਾਲ ਰਿਲੇਸ਼ਨ ਦੇ ਵਿੱਚ ਵੀ ਸੀਗੇ, ਔਰ ਰਿਲੇਸ਼ਨ ਬਣਨ ਦੌਰਾਨ ਇਸਦੀ ਸਾਲੀ ਜੋ ਹੈ ਉਹ ਪ੍ਰੈਗਨੈਂਟ ਹੋ ਗਈ ਸੀਗੀ ਇਸ ਤੋਂ, ਔਰ ਉਸ ਤੋਂ ਬਾਅਦ ਫਿਰ ਇਸਨੇ ਜਦੋਂ ਇਸਦੀ ਸਾਲੀ ਨੇ ਦੱਸਿਆ ਔਰ ਉਸ ਤੋਂ ਬਾਅਦ ਫਿਰ ਇਸਨੇ ਕਿਹਾ ਕਿ ਹੁਣ ਆਪਾਂ ਵਿਆਹ ਕਰਵਾ ਲਈਏ, ਪਰ ਉਸਦੀ ਸਾਲੀ ਨੇ ਇਨਕਾਰ ਕਰ ਦਿੱਤਾ, ਸਾਫ਼ ਤੋੜ ਕੇ ਜਵਾਬ ਦੇ ਦਿੱਤਾ ਕਿ ਵਿਆਹ ਨਹੀਂ ਕਰਾ ਸਕਦੇ, ਮੇਰੀ ਭੈਣ ਤੇਰੇ ਨਾਲ ਵਿਆਹੀ ਹੈ। ਔਰ ਉਸ ਤੋਂ ਬਾਅਦ ਫਿਰ ਇਹ ਸ਼ਖਸ ਜਿਹੜਾ ਇਹ ਲਗਾਤਾਰ ਉਸਨੂੰ ਪ੍ਰੈਸ਼ਰਾਈਜ਼ ਕਰ ਰਿਹਾ ਸੀ, ਫਿਰ ਇਸਨੇ ਆਪਣੇ ਸਹੁਰਾ ਪਰਿਵਾਰ ਨੂੰ ਇਹ ਕਿਹਾ ਜਦੋਂ ਕੁੜੀ ਦਾ ਕਤਲ ਕਰ ਦਿੱਤਾ ਆਪਦੀ ਸਾਲੀ ਦਾ, ਗਲ ਘੁੱਟ ਕੇ ਜਿਹੜਾ ਸਾਫਾ ਉਹਨੇ ਬੰਨਿਆ ਹੋਇਆ ਸੀ ਮੁੰਡੇ ਨੇ, ਉਸੇ ਸਾਫੇ ਦੇ ਨਾਲ ਇਸਨੇ ਆਪਣੀ ਸਾਲੀ ਦਾ ਕਤਲ ਕਰ ਦਿੱਤਾ ਗਲ ਘੁੱਟ ਕੇ, ਔਰ ਉਸਦੀ ਲਾਸ਼ ਸਹੁਰਿਆਂ 'ਤੇ ਲਿਜਾ ਕੇ ਕਹਿੰਦਾ ਕਿ ਇਸ ਨੂੰ ਹਾਰਟ ਅਟੈਕ ਆ ਗਿਆ ਸੀ, ਸੰਸਕਾਰ ਵੀ ਕਰਵਾ ਦਿੱਤਾ, ਸਾਰੇ ਸਬੂਤ ਖਤਮ ਕਰ ਦਿੱਤੇ ਕਿਉਂਕਿ ਨਾ ਪੋਸਟਮਾਰਟਮ ਹੋ ਸਕਦਾ ਸੀ, ਨਾ ਵਿਸਲਾ ਰਿਪੋਰਟ ਆ ਸਕਦੀ ਸੀ, ਹੁਣ ਤਾਂ ਪਤਾ ਹੀ ਨਹੀਂ ਲੱਗਣਾ ਸੀਗਾ ਕਿ ਆਖਿਰਕਾਰ ਵਜ੍ਹਾ ਕੀ ਰਹੀ ਹੈ ਕਤਲ ਦੀ। ਤਾਂ ਮੋਗਾ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਗ੍ਰਿਫਤਾਰੀ ਹੋ ਗਈ ਹੈ ਇਸ ਸ਼ਖਸ ਦੀ, ਤਾਂ ਔਰ ਉਸ ਤੋਂ ਬਾਅਦ ਫਿਰ
ਜਦੋਂ ਇਸਦੇ ਸਹੁਰਾ ਪਰਿਵਾਰ ਨੂੰ ਥੋੜ੍ਹਾ ਸ਼ੱਕ ਹੁੰਦਾ ਕਿ ਦਾਲ 'ਚ ਕੁਛ ਨਾ ਕੁਛ ਕਾਲਾ ਹੈ ਇਸ ਬੰਦੇ ਦੀਆਂ ਗੱਲਾਂ ਤੋਂ ਵੀ ਜਾਪਦਾ, ਜਦੋਂ ਤਾਂ ਫਿਰ ਉਹਨਾਂ ਨੇ ਜਦੋਂ ਜ਼ੋਰ ਦੇ ਕੇ ਇਸ ਨੂੰ ਪੁੱਛਿਆ ਤਾਂ ਫਿਰ ਇਸ ਨੇ ਆਪਣੇ ਸਹੁਰਾ ਪਰਿਵਾਰ ਨੂੰ ਕਿਹਾ ਕਿ ਮੈਥੋਂ ਗੁਸਤਾਖੀ ਹੋ ਗਈ, ਗਲਤੀ ਹੋ ਗਈ ਆ, ਹੁਣ ਇਸ ਗੱਲ ਨੂੰ ਇੱਥੇ ਠੱਪ ਦਿਓ ਕਿਉਂਕਿ ਜਿਹਨੇ ਮਰਨਾ ਸੀ ਉਹ ਮਰ ਗਈ, ਉਸਦਾ ਸੰਸਕਾਰ ਵੀ ਹੋ ਗਿਆ, ਉਸਦੇ ਫੁੱਲ ਵੀ ਪਾ ਜਾਂਦੇ ਆ, ਹੁਣ ਤਾਂ ਹੁਣ ਛੱਡ ਦਿਓ ਇਸ ਗੱਲ ਨੂੰ, ਨਹੀਂ ਤਾਂ ਮੇਰਾ ਘਰ ਪੱਟਿਆ ਜਾਊ, ਤੁਹਾਡੀ ਕੁੜੀ ਇੱਕ ਜਿਹੜੀ ਆ ਮੇਰੇ। ਤਾਂ ਉਹਨਾਂ ਨੇ ਜਦੋਂ ਕਿਹਾ ਕਿ ਅਸੀਂ ਕੇਸ ਕਰਾਵਾਂਗੇ ਤਾਂ ਇਹ ਬੰਬੇ ਪਹੁੰਚ ਗਿਆ ਸੀ, ਬੰਬੇ ਏਅਰਪੋਰਟ 'ਤੇ ਦੀ ਫੋਟੋ ਭੇਜ ਕੇ ਕਹਿੰਦਾ ਹੁਣ ਮੇਰਾ ਕੀ ਕਰ ਲਉਂਗੇ, ਹੁਣ ਤਾਂ ਮੈਂ ਵਿਦੇਸ਼ ਚੱਲਿਆ। ਪਰ ਫਿਰ ਉਹ ਇਸ ਨੂੰ ਪ੍ਰੈਸ਼ਰਾਈਜ਼ ਕਰਦੇ ਆ ਪਿਆਰ ਦੇ ਨਾਲ, ਕਹਿੰਦੇ ਆ ਕਿ ਛੱਡ ਕੋਈ ਗੱਲ ਨਹੀਂ, ਇੱਕ ਕੁੜੀ ਤਾਂ ਚਲੀ ਗਈ, ਹੁਣ ਦੂਜੀ ਦਾ ਘਰ ਨਾ ਪੱਟਿਆ ਜਾਵੇ, ਤਾਂ ਇਸ ਕਰਕੇ ਤੂੰ ਵਾਪਸ ਮੁੜਿਆ, ਤਾਂ ਫਿਰ ਭਰੋਸਾ ਦਵਾ ਕੇ ਇਸ ਨੂੰ ਵਾਪਸ ਲਿਆ ਜਾਂਦਾ ਜਾਂਦਾ, ਜਿਸ ਤੋਂ ਬਾਅਦ ਇਸ ਦੀ ਗ੍ਰਿਫਤਾਰੀ ਹੋ ਜਾਂਦੀ ਹੈ, ਗ੍ਰਿਫਤਾਰ ਇਸ ਨੂੰ ਕਰ ਲਿਆ। ਤਾਂ ਪਹਿਲਾਂ ਕਬੂਲਨਾਮਾ ਸੁਣਾਉਂਦੇ ਹਾਂ ਇਸ ਸ਼ਖਸ ਦਾ, ਸਾਲੀ ਦੇ ਇਸ਼ਕ 'ਚ ਅੰਨੇ ਹੋਏ ਹੋਏ ਜੀਜੇ ਨੇ ਕਤਲ ਕਰਤਾ ਆਪਦੀ ਸਾਲੀ ਦਾ, ਔਰ ਹੁਣ ਉਹਦਾ ਕਬੂਲਨਾਮਾ ਆਇਆ, ਹੱਥ ਕੜੀਆਂ ਲੱਗੀਆਂ ਹੋਈਆਂ। ਕਬੂਲਨਾਮਾ ਸੁਣਾਉਂਦੇ ਹਾਂ, ਕੀ ਕਹਿ ਰਿਹਾ ਕੈਮਰੇ ਸਾਹਮਣੇ ਇਹ ਦਰਿੰਦਾ। ਵੀ ਇੱਕ ਲੜਕੀ ਸੀ ਅਮਨ, ਜਿਹੜੀ ਹਰਦੀਪ ਸਿੰਘ ਪੁੱਤਰ ਚਰਨ ਸਿੰਘ ਵਾਸੀ ਹਿੰਮਤਪੁਰਾ ਨਾਲ ਵਿਆਹੀ ਹੋਈ ਸੀ। ਉਸੇ ਦੌਰਾਨ ਇਹਦੀ ਦੂਸਰੀ ਬੇਟੀ ਜਿਹੜੀ ਸ਼ਰਨਜੀਤ ਕੌਰ ਸੀਗੀ, ਉਹ ਇਹਦੇ ਪਾਸ ਰਹਿਣ ਲੱਗ ਗਈ ਸੀਗੀ ਆ ਕੇ। ਉਹ ਰਹਿੰਦੇ ਰਹਿੰਦੇ ਮਤਲਬ ਉਹਦੀ ਨਿਗਾਹ ਮਾੜੀ। ਹਾਂਜੀ ਬਾਈ ਜੀ, ਕੀ ਨਾਂ ਤੁਹਾਡਾ? ਹਰਦੀਪ ਸਿੰਘ। ਤੇ ਕੀ ਕਾਰਨ ਬਣਿਆ ਵੀ ਇੱਥੋਂ ਤੱਕ ਨੌਬਤ ਆ ਗਈ ਇਹ? ਰਿਲੇਸ਼ਨਸ਼ਿਪ ਸੀਗਾ ਸਰ, ਉਹਨਾਂ ਪਿਛਲੇ 9-10 ਸਾਲਾਂ ਤੋਂ। ਹਾਂਜੀ। ਇਹ ਕਾਰਨ ਤੋਂ ਅੱਗੋਂ ਦਿਮਾਗ ਠਹਿਰ ਗਿਆ ਸੀ, ਮੈਨੂੰ ਕਿਹਾ ਸੀ ਕਿ ਚੱਲ ਕੋਰਟ ਮੈਰਿਜ ਕਰਵਾ ਲਾ। ਕੋਰਟ ਮੈਰਿਜ ਲਈ ਪਹਿਲਾਂ ਤਾਂ ਮੰਨ ਗਏ ਸੀਗੇ ਸਰ, ਬਾਅਦ 'ਚ ਆ ਕੇ ਮੰਨ ਗਏ। ਬਸ ਇਹਦੇ ਕਾਰਨ ਗੁੱਸੇ ਦੇ ਵਿੱਚ ਆ ਕੇ ਸਰ ਉਹਦੇ ਗਲ ਘੁੱਟ ਕੇ ਮੌਤ ਹੋ ਗਈ। ਤੁਹਾਨੂੰ ਪਛਤਾਵਾ ਹੈਗਾ ਉਹਦੇ ਕੀਤੇ ਦਾ? ਹਾਂਜੀ, ਬਹੁਤ ਜ਼ਿਆਦਾ। ਹਾਂਜੀ ਬਾਈ ਜੀ, ਕੀ ਨਾਂ ਤੁਹਾਡਾ? ਹਰਦੀਪ ਸਿੰਘ। ਤੇ ਕੀ ਕਾਰਨ ਬਣਿਆ ਵੀ ਇੱਥੋਂ ਤੱਕ ਨੌਬਤ ਆ ਗਈ ਇਹ? ਰਿਲੇਸ਼ਨਸ਼ਿਪ ਸੀਗਾ ਸਰ, ਉਹਨਾਂ ਪਿਛਲੇ 9-10 ਸਾਲਾਂ ਤੋਂ। ਹਾਂਜੀ। ਇਹ ਕਾਰਨ ਤੋਂ ਅੱਗੋਂ ਦਿਮਾਗ ਠਹਿਰ ਗਿਆ ਸੀ, ਮੈਨੂੰ ਕਿਹਾ ਸੀ ਕਿ ਚੱਲ ਕੋਰਟ ਮੈਰਿਜ ਕਰਵਾ ਲਾ। ਕੋਰਟ ਮੈਰਿਜ ਲਈ ਪਹਿਲਾਂ ਤਾਂ ਮੰਨ ਗਏ ਸੀਗੇ ਸਰ, ਬਾਅਦ 'ਚ ਆ ਕੇ ਮੰਨ ਗਏ। ਬਸ ਇਹਦੇ ਕਾਰਨ ਗੁੱਸੇ ਦੇ ਵਿੱਚ ਆ ਕੇ ਸਰ ਉਹਦੇ ਗਲ ਘੁੱਟ ਕੇ ਮੌਤ ਹੋ ਗਈ। ਤੁਹਾਨੂੰ ਪਛਤਾਵਾ ਹੈਗਾ ਉਹਦੇ ਕੀਤੇ ਦਾ? ਹਾਂਜੀ, ਬਹੁਤ ਜ਼ਿਆਦਾ। ਹਾਂਜੀ ਬਾਈ ਜੀ, ਕੀ ਨਾਂ ਤੁਹਾਡਾ? ਹਰਦੀਪ ਸਿੰਘ। ਤੇ ਕੀ ਕਾਰਨ ਬਣਿਆ ਵੀ ਇੱਥੋਂ ਤੱਕ ਨੌਬਤ ਆ ਗਈ ਇਹ? ਰਿਲੇਸ਼ਨਸ਼ਿਪ ਸੀਗਾ ਸਰ, ਉਹਨਾਂ ਪਿਛਲੇ 9-10 ਸਾਲਾਂ ਤੋਂ। ਹਾਂਜੀ। ਇਹ ਕਾਰਨ